ਕਲੌਡੀਅਸ ਵੇਲੇ ਵੱਡਾ ਡਿਪ ਨੇ ਪੰਜਾਬ ਦੇ ਲੋਕਾਂ ਦੇ ਫਾਇਦੇ ਕਰਤੇ, ਪਰ ਦੁਕਾਨਦਾਰ ਚਿੰਤਾ 'ਚ ਪੈ ਗਿਆ। ਹੁਣ ਦੁਕਾਨਦਾਰਾਂ ਨੇ 200, 400, 500, 800 ਵਾਲੇ ਸੂਟਾਂ 'ਚ ਹਜ਼ਾਰਾਂ ਨੇ ਤਾਂ ਹੱਥ ਖੜੇ ਕਰਤੇ, ਪਰ ਉਸ ਤੋਂ ਭਾਰੇ ਭਾਰੇ ਕੋਈ 1500, 2000, 4000, 5000 ਦੇ ਸੂਟਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਪੰਜਾਬ ਦੇ ਲੋਕਾਂ ਦੀ ਲੁੱਟ ਸ਼ੁਰੂ ਕਰਤੀ ਆ। ਬਾਜ਼ਾਰ 'ਚ ਕੋਈ 3500 ਦਾ ਵੇਚੀ ਜਾਂਦਾ, ਕੋਈ 2000 ਦਾ, ਕੋਈ 2500 ਦਾ, ਇੱਥੇ ਮਿਲੂ 895 ਰੁਪਏ। ਦੇਖੋ ਕਿੰਨੀ ਕਿੰਨੀ ਸੋਹਣੀ ਚੁਣੀਆਂ ਆ ਚੁੱਕੀਆਂ ਚਲਾਉਣ ਦੀਆਂ, ਪਰ ਜਿਹੜਾ ਮਾਰਕੀਟ ਮੈਂ ਕਿਹਾ 2500, 2800 ਦਾ, ਆਪਾਂ ਦੇਣਾ ਸਿਰਫ 1800 ਤੇ 50 ਰੁਪਏ ਵਿੱਚ ਜੀ। ਵੱਡਾ ਡਿਪੂ ਬੰਗਾ ਤੇ ਆਉਣਾ, ਇਹ 6500 ਦਾ ਸੂਟ ਨਹੀਂ ਅਸੀਂ ਦੇਣਾ, ਇਹ ਤੁਹਾਨੂੰ ਅਸੀਂ ਦੇਣਾ ਸਿਰਫ 2250 ਦੇ ਵਿੱਚ। ਜਦੋਂ ਤੁਸੀਂ ਬਾਜ਼ਾਰ 'ਚ ਜਾਂਦੇ ਆ, 2000 ਰੁਪਏ ਦੀ ਸਟਿਚਿੰਗ ਹੈਗੀ ਆ, 2500 ਰੈਂਟ ਹੈਗਾ, ਪਰ ਤੁਸੀਂ ਸਾਡੇ ਕੋਲ ਆਓ ਸਿਰਫ 1300 ਦੇ ਵਿੱਚ ਸ਼ਰਾਰਾ ਸੂਟ ਰੈਡੀਮੇਡ ਸਟਿਚ ਕੀਤਾ ਲੈ ਕੇ ਜਾਓ। ਆਹ ਫਰੰਟ ਚੈੱਕ ਕਰ ਲਓ ਤੁਸੀਂ, ਆਹ ਤੁਸੀਂ ਕਰ ਲਓ ਬੈਕ ਚੈੱਕ, ਅਤੇ ਹੁਣ ਇਹਦਾ ਪ੍ਰਾਈਜ਼ ਤੁਸੀਂ ਚੈੱਕ ਕਰ ਲਓ, 6500 ਰੁਪਈਆ ਨਹੀਂ ਲੈਣਾ ਹੈ, ਅਸੀਂ ਤੁਹਾਨੂੰ ਦੇਵਾਂਗੇ ਸਿਰਫ 2500। ਤੁਸੀਂ ਦੇਖ ਲਓ ਵੀ ਚਾਰੇ ਪਾਸੇ ਬੜਾ ਠਾਠਾ ਮਾਰਦਾ ਇਕੱਠ, ਲੋਕ ਦੂਰੋਂ ਦੂਰੋਂ ਸਵੇਰੇ ਆ ਜਾਂਦੇ ਆ, 7 ਵਜੇ, 7:30 ਵਜੇ, 8 ਵਜੇ ਵੱਡਾ ਮੇਲਾ ਲੱਗ ਜਾਂਦਾ। ਪਰ ਅਸੀਂ ਕੈਨੇਡਾ ਤੋਂ ਵੀ ਇਹਨਾਂ ਨੂੰ ਜਾਣਦੇ ਹੈਗੇ ਹਾਂ, ਤਾਂ ਪਹਿਲੀ ਵਾਰੀ ਆਈ ਹੈਗੀ ਹੈ, ਮੇਰੇ ਭੂਆ ਜੀ ਤਾਂ ਹਮੇਸ਼ਾ ਇੱਥੋਂ ਸ਼ੋਪਿੰਗ ਕਰਦੇ ਆ, ਪਰ ਮੈਂ ਅੱਜ ਪਹਿਲੀ ਵਾਰੀ ਤਾਂ ਆਈ ਹਾਂ, ਭੂਆ ਜੀ ਕਹਿੰਦੇ ਜਿੰਨਾ ਬੇਲੇ ਸਾਹਿਬ ਜਾਵਾਂਗੇ ਓਨਾ ਹੀ ਵਧੀਆ, ਫਿਰ ਕਹਿੰਦੇ ਦਿਨੇ ਦਾ ਧੱਕਾ ਹੀ ਪੈਂਦਾ ਹੁੰਦਾ। ਕੋਈ 8500 ਨਹੀਂ, ਕੋਈ 9000 ਨਹੀਂ, ਇਹਦਾ ਵੀ ਰੇਟ ਕਰਤਾ ਸਿਰਫ 2650 ਲੈਣਾ। ਜਿਹੜਾ ਤੁਸੀਂ 1,00,000 ਰੁਪਏ ਦਾ ਕੱਪੜਾ ਬਾਜ਼ਾਰ 'ਚ, ਇੱਥੇ 30-35 ਹਜ਼ਾਰ 'ਚ ਮਿਲ ਜਾਣਾ। ਅੱਜ 3,350 ਮਿਲਦਾ ਆਪਾਂ, 2,395 ਦੇਣਾ ਭਾਜੀ ਇਹ। ਭਾਜੀ ਆਪਾਂ ਜਿਹੜਾ ਸੀਤਾ ਸਰਾਇਆ ਦੇਣਾ ਹੈਗਾ, ਮਾਰਕੀਟ ਮਿਲਦਾ 5-6 ਹਜ਼ਾਰ ਦਾ, ਆਪਾਂ ਉੱਥੋਂ ਦੇਣਾ ਸਿਰਫ 4,500 ਰੁਪਏ ਵਿੱਚ ਭਾਜੀ। ਚਲਾ ਚੁੱਕੇ ਫਰੰਟ ਦੇਖੋ ਅਤੇ ਨਾ ਦੇਖੋ ਬੈਕ ਦੇਖੋ, ਇਹ ਵੀ ਭਾਜੀ ਆਪਾਂ ਦੇਣਾ ਸੀਤਾ ਸਰਾਇਆ ਸਿਰਫ 2,800 ਦਾ ਆਪਣਾ ਜੀ। ਬਾਜ਼ਾਰ 'ਤੇ ਇਹਦਾ 8,000-9,000 ਪਰ 2,695 ਦੇ ਵਿੱਚ ਤੁਸੀਂ ਇੱਥੋਂ ਲੈ ਜਾਓ। ਜੀ ਮੈਂ ਨੈੱਟ 'ਤੇ ਬਹੁਤ ਘੱਟ ਸ਼ੋਪਿੰਗ ਕਰਦੀ ਹਾਂ, ਜੇ ਕੋਈ ਮੈਨੂੰ ਨੈੱਟ 'ਤੇ ਸੂਟ ਦਿਖਾਲੇ ਵੀ ਹੈ ਜੀ 200 ਰੁਪਈਏ ਦਾ ਜਾਂ 500 ਦਾ, ਮੈਂ ਕਹੂੰਗੀ ਆਹ ਛਾਡੇ 2 ਦਿਨ ਪੈਣਾ ਨੇਗਾ, ਅਤੇ ਪਰ ਮੈਂ ਦੇਖਣਾ ਚਾਹੁੰਦੀ ਸੀ, ਸੋ ਮੈਂ ਦੇਖਣ ਲਈ ਆਈ ਇੱਥੇ, ਮੈਂ ਕਿਹਾ ਦੇਖਦੇ ਹਾਂ, ਪਰ ਦੇਖਦੇ ਸ਼ੋਪਿੰਗ ਕਾਫੀ ਹੋ ਗਈ। ਬਾਜ਼ਾਰ 'ਚ 15,000, ਵੱਡਾ ਡਿਪੂ ਦਾ ਰੇਟ ਹੈਗਾ ਸਿਰਫ 4,000। ਚੰਡੀਗੜ੍ਹ ਮੋਹਾਲੀ ਤੁਸੀਂ ਜਾਂਦੇ ਹੋ, ਇਹ ਚੀਜ਼ਾਂ 35-35 ਹਜ਼ਾਰ, 40-40 ਹਜ਼ਾਰ ਰੁਪਏ ਦੇ ਵਿੱਚ, ਪਰ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਇੱਥੇ ਦਾ ਬਸ ਫਾਇਦਾ ਹੀ ਫਾਇਦਾ ਹੈ ਨਾ। ਫਰੰਟ ਰੇਟ ਬਾਜ਼ਾਰ 'ਚ 12,000, ਸਾਡੇ ਕੋਲ ਲੈ ਜਾਓ ਸਿਰਫ 3,000 ਰੁਪਏ 'ਚ। ਕਲੌਡੀਅਸ ਵੇਲੇ ਵੱਡਾ ਡਿਪ ਨੇ ਪੰਜਾਬ ਦੇ ਲੋਕਾਂ ਦੇ ਫਾਇਦੇ ਕਰਤੇ, ਪਰ ਦੁਕਾਨਦਾਰ ਚਿੰਤਾ 'ਚ ਪੈ ਗਿਆ। ਹੁਣ ਦੁਕਾਨਦਾਰਾਂ ਨੇ 200, 400, 500, 800 ਵਾਲੇ ਸੂਟਾਂ 'ਚ ਹਜ਼ਾਰਾਂ ਨੇ ਤਾਂ ਹੱਥ ਖੜੇ ਕਰਤੇ, ਪਰ ਉਸ ਤੋਂ ਭਾਰੇ ਭਾਰੇ ਕੋਈ 1500, 2000, 4000, 5000 ਦੇ ਸੂਟਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਪੰਜਾਬ ਦੇ ਲੋਕਾਂ ਦੀ ਲੁੱਟ ਸ਼ੁਰੂ ਕਰਤੀ ਆ। ਸੋ ਅੱਜ ਅਸੀਂ ਉਹਦਾ ਵੀ ਤੋੜ ਲੱਭਦੇ ਹਾਂ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਭਾਰੇ ਭਾਰੇ ਸੂਟਾਂ ਦੇ ਵਿੱਚ ਹੀ ਫਾਇਦੇ ਕਰਾਉਂਦੇ ਹਾਂ। ਸਰ ਜਿਹੜੇ ਸੂਟ 200, 400, 800, 1000 ਤੱਕ ਤੁਸੀਂ 2 ਰੁਪਏ, 5 ਰੁਪਏ, 10 ਰੁਪਏ ਮਾਰਜਨ 'ਤੇ ਵੇਚੇ, ਦੁਕਾਨਦਾਰ ਹੱਥ ਖੜੇ ਕਰਕੇ ਕਹਿੰਦੇ ਵੀ ਸਾਡੇ ਤੋਂ ਹੁਣ ਨਹੀਂ ਇੱਦਾਂ ਦੇ ਕੰਮ ਹੁੰਦੇ, ਪਰ 1500, 2000 'ਚ ਬੜਾ ਉਹਨੇ ਕੰਮ ਚੱਕਤਾ ਲੋਕਾਂ ਨੂੰ, ਬੜਾ 2-2 ਹਜ਼ਾਰ ਵਾਲੇ 4,000 'ਚ, 1500 ਵਾਲੇ 3500 ਸੂਟ ਵਿਕ ਰਹੇ ਆ। ਸੋ ਖਾਸ ਡਿਮਾਂਡ ਸੀਗੀ ਲੋਕਾਂ ਦੀ, ਕਹਿੰਦੇ ਸਾਨੂੰ ਭਾਰੇ ਸੂਟਾਂ ਦੇ ਉੱਤੇ ਇੱਕ ਵੀਡੀਓ ਬਣਾ ਰਹੇ ਹੋ, ਸਾਨੂੰ ਦੱਸੋ ਵੱਡਾ ਡਿਪੂ ਦੇ ਕਿਹੜੀ ਵਰਾਇਟੀ ਹੈਗੀ ਅਤੇ ਕਿੱਦਾਂ ਦੇ ਫਾਇਦੇ ਕੀਤੇ ਜਾ ਰਹੇ ਲੋਕਾਂ ਦੇ। ਲਓ ਜੀ, ਜਿਹੜੇ ਸੂਟ ਬਾਜ਼ਾਰ ਦੇ ਵਿੱਚ 3,000, 3500, 4,000 ਸਾਡੇ ਕੋਲ ਮਿਲਦੇ ਹੈਗੇ, 895 ਜੀ। ਦੇਖੋ ਆਹ ਫੋਟੋ ਵਾਲਾ ਸੂਟ ਆ, ਬਾਜ਼ਾਰ 'ਚ ਕੋਈ 3500 ਦਾ ਵੇਚੀ ਜਾਂਦਾ, ਕੋਈ 2000 ਦਾ, ਕੋਈ 2,500 ਦਾ, ਇੱਥੇ ਮਿਲੂ 895 ਰੁਪਏ ਤੋਂ ਸਟਾਰਟ ਹੋ ਜਾਂਦੇ ਆ। ਔਰ ਹੈਂਡ ਵਰਕ ਕਢਾਈ ਆ, ਪਿਓਰ ਕਰੇਵ ਦੇ ਵਿੱਚ ਸੂਟ ਆ, ਸਾਰੀਆਂ ਇੱਕ ਤੋਂ ਇੱਕ ਵਧੀਆ ਵਰਾਇਟੀਆਂ 1,000 ਰੁਪਏ ਦੀ ਰੇਂਜ ਦੇ ਵਿੱਚ ਜੀ। ਸੋ ਆਹ ਵੀ ਬੜੇ ਸੋਹਣੇ ਡਿਜ਼ਾਈਨ ਆ, ਜੇ ਬਾਜ਼ਾਰ 'ਚ ਪਤਾ ਕਰੀਏ ਤਾਂ 4,000, 4,500 ਤੋਂ ਸਟਾਰਟਿੰਗ ਹੁੰਦੀ ਆ। ਆਹ ਤੁਸੀਂ ਦੇਖ ਲਓ ਨਵੇਂ ਡਿਜ਼ਾਈਨ ਆਏ ਹੈਗੇ ਆ, ਸੋ ਇਹਦਾ ਵੀ ਕਿੰਨਾ ਕੁ ਫਰਕ ਹੈਗਾ, ਸਾਰੇ 1,000-1,200 ਦੀ ਰੇਂਜ 'ਚ ਆ ਗਏ ਹੈਗੇ ਆ। ਆਹ ਵਰਾਇਟੀ ਤੁਸੀਂ ਦੇਖੋ, ਇਹ ਬਾਜ਼ਾਰ ਮਿਲੂਗੀ ਕੋਈ 10,000 ਮੰਗੀ ਜਾਂਦਾ, ਕੋਈ 15,000 ਮੰਗੀ ਜਾਂਦਾ,
ਸਾਡਾ ਰੇਟ ਹੈਗਾ ਸਿਰਫ 2250 ਰੁਪਏ। ਆਹ ਦੇਖੋ 2250 ਰੁਪਏ ਦੇ ਵਿੱਚ ਇੱਥੇ ਤੁਹਾਡਾ, ਅਸੀਂ ਹੈ ਨਾ ਇਹ ਨਹੀਂ ਵੀ ਤੁਹਾਨੂੰ ਮੂਰਖ ਬਣਾਈ ਜਾਈਏ, ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਤਾ 8500, 8000, 9500, 9200, ਇੱਦਾਂ ਦੁਕਾਨਦਾਰ ਮੰਗਦੇ ਆ। ਇਹ ਪਹਿਲਾ ਸ਼ੋਅਰੂਮ ਆ ਪੰਜਾਬ ਦਾ ਜਿੱਥੇ ਤੁਹਾਨੂੰ 2250 ਦੇ ਵਿੱਚ ਦੇ ਰਹੇ ਆ, ਔਰ ਇਹਦੇ ਵਿੱਚ ਡਿਜ਼ਾਈਨ ਇੰਨੇ ਕ ਆ ਚੁੱਕੇ ਆ, ਇੱਕ ਵਾਰੀ ਤੁਹਾਨੂੰ ਦਿਖਾਉਂਦੇ ਡਿਜ਼ਾਈਨ, ਹਜ਼ਾਰਾਂ ਡਿਜ਼ਾਈਨ ਇਹ 'ਚ ਆ ਚੁੱਕੇ ਆ, ਔਰ ਰੇਟ ਸਾਰਾ 2250 ਰੁਪਏ। ਅੱਛਾ, ਸੂਟਾਂ ਦੇ ਵਿੱਚ ਤਾਂ ਚਲੋ ਮੈਂ ਡਿਜ਼ਾਈਨ ਵੀ ਦੇਖੂੰਗਾ, ਸਾਰਾ ਕੁਝ ਦੇਖੂੰਗਾ, ਮੈਂ ਦੇਖ ਰਿਹਾ ਫੋਟੋਆਂ ਵਾਲੇ ਬੁਟੀਕਾਂ ਦੇ ਸੂਟ ਬੜੇ ਸੋਹਣੇ ਸੋਹਣੇ ਆ। ਇਸ ਤੋਂ ਇਲਾਵਾ ਰੈਡੀਮੇਡ ਡਰੈਸਾਂ ਦੇ ਵਿੱਚ, ਸ਼ਰਾਰੇ ਗਰਾਰੇ 'ਚ ਵੀ ਕੋਈ ਨਵੀਂ ਹੈਗੀ ਵਰਾਇਟੀ ਆਈ ਆਪਣੇ ਕੋਲ? ਸ਼ਰਾਰਿਆਂ ਦੇ ਵਿੱਚ, ਲਹਿੰਗਿਆਂ ਦੇ ਵਿੱਚ, ਗਰਾਰਿਆਂ ਦੇ ਵਿੱਚ ਇੰਨੀ ਕੁ ਵਰਾਇਟੀ ਆ ਚੁੱਕੀ, ਜਿਹੜੇ ਬਾਜ਼ਾਰ ਲੋਕ 25-25 ਹਜ਼ਾਰ ਰੁਪਏ ਖਰਚਦੇ, ਹੁਣ ਉਹਨਾਂ ਨੂੰ ਖਰਚਣ ਦੀ ਲੋੜ ਨਹੀਂ ਪੈਂਦੀ, ਹੁਣ ਉਹ 4000, 3500, 4500, ਸਾਡੇ ਕੋਲ 1300 ਰੁਪਏ ਦਾ ਸ਼ਰਾਰਾ ਵੀ ਇੰਨਾ ਵਧੀਆ ਆ ਗਿਆ, ਜਿਹੜਾ ਬਾਜ਼ਾਰ 'ਚ 3000 ਤੋਂ ਘੱਟ ਨਹੀਂ ਮਿਲਦਾ ਹੈਗਾ। ਸੋ ਹਰ ਰੇਂਜ ਦੇ ਵਿੱਚ ਤੁਹਾਡਾ ਫਾਇਦਾ, ਇਹਦੇ ਵਿੱਚ ਜਿਹੜੀ ਮਰਜ਼ੀ ਵਰਾਇਟੀ ਲਓ, ਪਰ ਕੋਸ਼ਿਸ਼ ਲੋਕਾਂ ਨੂੰ ਇੱਕੋ ਹੀ ਰਿਕੁਐਸਟ ਕੀਤੀ ਜਾਂਦੀ ਕਿ ਵੀ ਸਵੇਰੇ ਥੋੜ੍ਹਾ ਜਲਦੀ ਆਉਣ, ਕਿਉਂਕਿ ਬਾਅਦ 'ਚ ਰਸ਼ ਪੈ ਜਾਂਦਾ, ਪੂਰੀ ਵਰਾਇਟੀ ਦਿਖਾਉਣੀ ਹੁੰਦੀ ਹੈਗੀ ਜੀ। ਸਵੇਰੇ 7 ਵਜੇ ਓਪਨ ਹੋ ਜਾਂਦਾ, ਸੋ ਇਸ ਕਰਕੇ 10 ਵਜੇ ਤੱਕ ਓਪਨ ਰਹਿੰਦਾ, ਕੋਸ਼ਿਸ਼ ਕਰਕੇ ਲੋਕ ਜ਼ਿਆਦਾ ਸਵੇਰੇ ਆਉਣ ਦੀ ਕੋਸ਼ਿਸ਼ ਕਰਨ ਜੇ ਵਰਾਇਟੀ ਪੂਰੀ ਦੇਖਣੀ ਹੈ। ਸੋ ਅੱਜ ਦੀ ਵੀਡੀਓ ਧਿਆਨ ਦੇ ਨਾਲ ਦੇਖ ਲਿਓ, 5-5 ਹਜ਼ਾਰ ਰੁਪਈਆ ਇੱਕ ਸੂਟ ਪਿੱਛੇ ਤੁਹਾਡਾ ਫਾਇਦਾ ਕਰਨਾ। ਤੁਸੀਂ ਦੇਖ ਲਓ ਵੀ ਚਾਰੇ ਪਾਸੇ ਬੜਾ ਠਾਠਾ ਮਾਰਦਾ ਇਕੱਠ, ਲੋਕ ਦੂਰੋਂ ਦੂਰੋਂ ਸਵੇਰੇ ਆ ਜਾਂਦੇ ਆ, 7 ਵਜੇ, 7:30, 8 ਵਜੇ ਵੱਡਾ ਮੇਲਾ ਲੱਗ ਜਾਂਦਾ, ਪਰ ਜਦੋਂ ਤੁਸੀਂ ਬਾਜ਼ਾਰਾਂ 'ਚ ਜਾਂਦੇ ਆ ਤਾਂ ਦੁਕਾਨਦਾਰ 10-10:30 ਦਾ ਸ਼ਟਰ ਚੱਕਦੇ ਆ, ਪਰ ਇੱਥੇ ਤੁਸੀਂ ਸਾਰੇ ਪਾਸੇ ਕੈਮਰਾ ਘੁਮਾ ਦਿਓ, ਪੰਜਾਬ, ਹਰਿਆਣਾ, ਰਾਜਸਥਾਨ, ਮਤਲਬ ਦੂਰੋਂ ਦੂਰੋਂ ਲੋਕ ਆਏ ਹੋਏ ਆ। ਜੇ ਤੁਸੀਂ ਫਾਇਦਾ ਲੈਣਾ ਇੱਥੇ ਆ ਜਾਓ, ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਹਾਡੇ ਫਾਇਦੇ ਹੋਣੇ ਆ। ਸੋ ਅੱਜ ਵਰਾਇਟੀਆਂ ਦਿਖਾਉਣੇ ਤੁਹਾਨੂੰ ਆਪਾਂ। ਸੋ ਭਾਜੀ ਵਰਾਇਟੀਆਂ ਇੱਦਾਂ ਦੀਆਂ ਦਿਖਾਇਓ, ਲੋਕ ਖੁਸ਼ ਹੋਏ ਤੇ ਲੋਕਾਂ ਦਾ ਫਾਇਦਾ ਵੀ ਹੋਵੇ, ਮਤਲਬ ਹਰ ਸੂਟ ਪਿੱਛੇ 1500-2000 ਦਾ ਬਾਜ਼ਾਰ ਨਾਲ ਫਰਕ ਕਰ ਦਿਓ ਅੱਜ। ਭਾਜੀ ਵੱਡਾ ਡਿਪੂ ਤੁਹਾਨੂੰ ਪਤਾ ਫਰਕ ਹੀ ਕੱਢਦਾ ਆ ਰਿਹਾ, ਫਾਇਦੇ ਵੱਡਾ ਡਿਪੂ ਨੇ ਪਹਿਲਾਂ ਵੀ ਕੀਤੇ ਆ, ਫਾਇਦੇ ਹੁਣ ਵੀ ਕਰਨੇ, ਫਾਇਦੇ ਕਰਦੇ ਰਹਿਣਾ ਵੀ ਹੈਗਾ। ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ, ਪਿਓਰ ਕਰੇਵ ਦਾ ਸੂਟ ਆ ਚੁੱਕਾ ਹੈਗਾ, ਇੰਨੇ ਸੋਹਣੇ ਸੋਹਣੇ ਵਰਕ ਆ ਚੁੱਕੇ ਹੈਗੇ ਆ, ਇਹਦੇ ਵਿੱਚ ਹਰ ਤਰ੍ਹਾਂ ਦੇ ਕਲਰ ਮਿਲਣੇ, ਹਰ ਤਰ੍ਹਾਂ ਦੀ ਲਾਈਟ, ਡਾਰਕ, ਹਰ ਤਰ੍ਹਾਂ ਮੈਨੂੰ ਪਸੰਦ ਤੁਹਾਡੀ। ਦੇਖੋ ਕਿੰਨੀ ਕਿੰਨੀ ਸੋਹਣੀ ਚੁਣੀਆਂ ਆ ਚੁੱਕੀਆਂ ਚਨਾਉਣ ਦੀਆਂ, ਪਰ ਜਿਹੜਾ ਮਾਰਕੀਟ ਮੈਂ ਕਿਹਾ 2500-2250 ਦਾ, ਆਪਾਂ ਦੇ ਸਿਰਫ 1800-1500 ਰੁਪਏ ਵਿੱਚ ਜੀ। ਸੋ ਦੇਖੋ ਜੀ, 1850 ਰੁਪਏ ਦੇ ਵਿੱਚ ਦੇ ਰਹੇ ਆ। ਆ ਕਲਰ ਤੁਸੀਂ ਚੈੱਕ ਕਰੋ, ਬੜੇ ਸੋਹਣੇ ਸੋਹਣੇ ਕਲਰ ਹੈਗੇ ਆ, ਫਰਕ ਤੁਸੀਂ ਹੁਣ ਆਪ ਚੈੱਕ ਕਰ ਲਓ, ਮਤਲਬ 2000-2000 ਰੁਪਈਆ ਬਾਜ਼ਾਰ ਨਾਲੋਂ ਸਸਤਾ ਕਰਤਾ ਸੂਟ। ਕਲਰ ਜਿੰਨੇ ਮਰਜ਼ੀ ਲੈ ਕੇ ਜਾ ਸਕਦੇ, ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ, 1850 ਅੱਜ ਮਾਰਾ ਤੁਹਾਡੇ ਵਾਸਤੇ ਵੱਡੀਆਂ ਆਫਰਾਂ ਲਾਤੀ ਹੈਗੀਆਂ ਮਹਾਰਾਜ, ਤੁਹਾਨੂੰ ਪਤਾ 10-10, 15-20 ਰੁਪਏ ਮਾਰਜ ਆਪਾਂ ਕਰੀਦਾ ਕੰਮ, ਤੇ ਮਹਾਰਾਜ ਸ਼ਾਮ ਤੱਕ 1000 ਪੀਸ ਵੇਚੀ ਦੇ ਗਏ। ਦੇਖੋ ਜੀ, ਕੋਈ ਤਾਂ ਇਹਨੂੰ ਕਹਿੰਦਾ 6500 ਰੁਪਈਆ ਬਾਜ਼ਾਰ 'ਚ, ਤੁਸੀਂ ਹੁਣ ਆਪ ਦੇਖ ਲਓ, ਜਿਹੜੀਆਂ ਲੇਡੀਜ਼ ਜਾਂਦੀਆਂ ਦੁਕਾਨਾਂ 'ਤੇ ਇਹੋ ਹੀ ਸੂਟ ਤੁਸੀਂ ਦੇਖਦੇ ਹੋ, ਕੋਈ ਕੁਛ ਅਤੇ ਕੋਈ ਕੁਛ, ਪਰ ਤੁਸੀਂ ਜਦੋਂ ਵੱਡਾ ਡਿਪੂ ਬੰਗਾ 'ਤੇ ਆਉਣਾ, ਇਹ 6500 ਦਾ ਸੂਟ ਨਹੀਂ ਅਸੀਂ ਦੇਣਾ, ਇਹ ਤੁਹਾਨੂੰ ਅਸੀਂ ਦੇਣਾ ਸਿਰਫ 2250 ਦੇ ਵਿੱਚ। ਫਾਇਦੇ ਇੱਦਾਂ ਹੀ ਤੁਹਾਡੇ ਇੱਥੇ ਹੋ ਰਹੇ ਆ, ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਤਾ, ਮਤਲਬ ਅੱਖਾਂ ਖੋਲ ਦਿਆਂਗੇ ਤੁਹਾਡੀਆਂ। ਆ ਦੇਖੋ 2450 ਦਾ ਸੂਟ ਕਿੰਨਾ ਸੋਹਣਾ ਆ ਚੁੱਕਾ, ਵਾਹ ਵੀ ਵਾਹ, ਕਿੰਨੇ ਕਿੰਨੇ ਸੋਹਣੇ ਵਰਕ ਆ ਚੁੱਕੇ, ਨਾਲ ਦੇਖੋ ਮੋਤੀ ਦਾ ਕੰਮ ਕੀਤਾ, ਹੈਂਡ ਵਰਕ ਦੇ ਵਿੱਚ ਆ ਚੁੱਕਾ, ਨਾਲ ਦੇਖੋ ਘੇਰੇ ਕਿੰਨੇ ਵਧੀਆ ਆ ਚੁੱਕੇ, ਸ਼ਰਟ ਕਿੰਨੀ ਹੈਵੀ ਆ ਚੁੱਕੀ ਹੈਗੀ ਆ, ਤੇ ਨਾਲ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ, ਖੁੱਲੀ ਡੁੱਲੀਆਂ, ਆਪਾਂ ਤੁਹਾਨੂੰ ਦੇਣਾ ਸਿਰਫ 2400-2500 ਰੁਪਏ ਵਿੱਚ। ਆ ਵੀ ਤੁਸੀਂ ਚੈੱਕ ਕਰ ਲਓ, ਕੋਈ 8500 ਨਹੀਂ, ਕੋਈ 9000 ਨਹੀਂ, ਇਹਦਾ ਵੀ ਰੇਟ ਕਰਤਾ ਸਿਰਫ 2650। ਹੈਵੀ ਸੂਟ ਆ, ਨਾਲ ਹੈਵੀ ਦੁਪੱਟੇ ਆ, ਕਲਰ ਹਰ ਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੇ ਆ। ਆ ਦੇਖੋ ਭਾਜੀ, 2250 ਦੀ ਰੇਂਜ 'ਚ ਤਹਿਲਕਾ ਮਚਾ ਦੇਂਗੇ ਪੂਰਾ, ਮਾਰੇ ਕਿੰਨੇ ਇੰਨੇ ਰੇਟ ਤੁਹਾਨੂੰ ਕੋਈ ਦੇ ਸਕਦਾ, ਜੋ ਆਪਾਂ ਤੁਹਾਨੂੰ ਦੇ ਰਹੇ ਸਿਰਫ 2250 ਰੁਪਏ ਵਿੱਚ। ਸੋ ਜਿਨ੍ਹਾਂ ਨੇ ਲੈਣਾ ਦਾਜਪੁਰ ਦਾ ਕੱਪੜਾ, ਤੁਸੀਂ ਦੇਣ ਲੈਣ ਲਈ ਲੈਣਾ, ਤੁਸੀਂ ਆਪਣੇ ਲੈਣਾ ਆ ਜਾਓ, ਤੁਸੀਂ ਚੁੱਪ ਕਰਕੇ, ਫਾਇਦੇ ਬਹੁਤ ਸਾਰੇ ਹੈਗੇ ਆ। ਇੱਦਾਂ ਦੇ ਹੈਵੀ ਹੈਵੀ ਸੂਟ ਤੁਹਾਨੂੰ ਕੌਡੀਆਂ ਦੇ ਭਾਅ ਦੇ ਰਹੇ ਆ, ਦੁਪੱਟੇ ਵੀ ਨਾਲ ਸੋਹਣੇ ਦੇ ਰਹੇ ਆ, ਚਾਹੇ ਤੁਸੀਂ ਆਪਣੇ ਲੈਣਾ ਚਾਹੇ ਦੇਣ ਲੈ ਲੈਣਾ, ਜਿਹੜਾ ਤੁਸੀਂ 1 ਲੱਖ ਰੁਪਏ ਦਾ ਕੱਪੜਾ ਬਾਜ਼ਾਰ 'ਚ, ਇੱਥੇ 30-35 ਹਜ਼ਾਰ 'ਚ ਮਿਲ ਜਾਣਾ। ਆ ਦੇਖੋ 2650 ਰੇਂਜ ਕਿੰਨੇ ਕਿੰਨੇ ਸੋਹਣੇ ਆਰਟੀਕਲ, ਫਰੰਟ ਪੂਰਾ ਹੈਵੀ ਹੈਗਾ, ਦੇਖੋ ਜੋ ਤੁਸੀਂ ਪਾਣੇ ਜਗਮਗ ਜਗਮਗ ਕਰਨਾ, ਮੇਰਾ ਜਾਂਦੇ ਚਾਹ ਪਕੌੜੇ ਪਹਿਲਾਂ ਮੈਂ ਨਾਲ ਮੇਮਸਾ ਹੋਊਗੀ, ਕਿਉਂਕਿ ਸੂਟ ਤੁਸੀਂ ਇੰਨੇ ਸੋਹਣੇ ਪਾਏ ਹੋਣੇ, ਵੱਡੇ ਡਿਪੂ ਲੈ ਕੇ ਸਿਰਫ 2650 ਰੁਪਏ ਵਿੱਚ। ਦੇਖੋ ਡਿਜ਼ਾਇਨ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ, ਰੰਗ ਤੁਹਾਨੂੰ ਸਾਰੇ ਮਿਲ ਜਾਣੇ ਆ, ਡਿਜ਼ਾਇਨਿੰਗ ਤੁਹਾਨੂੰ ਉਹ ਦੇਣੀ ਆ ਜਿਹੜੀ ਬਾਜ਼ਾਰ 'ਚ ਹਜੇ ਆਈ ਨਹੀਂ ਹੋਣੀ।
ਹੈਵੀ ਦੁਪੱਟੇ, ਫੋਰ ਸਾਈਡ ਬਾਰਡਰ, ਰੇਟ ਬਾਜ਼ਾਰ ਨਾਲੋਂ ਇੱਕ ਇੱਕ ਸੂਟ ਪਿੱਛੇ ਜਿਹੜੇ ਭਾਰੇ ਸੂਟ ਆ ਨਾ, ਕਈਆਂ 'ਚ ਤਾਂ 5-5 ਹਜ਼ਾਰ, 4-4 ਹਜ਼ਾਰ, 3-3 ਹਜ਼ਾਰ ਦਾ ਡਿਫਰੈਂਸ ਹੈਗਾ ਇੱਥੇ। ਆਹ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ, ਮਾਰੇ ਸੋਹਣੇ ਸੋਹਣੇ ਪੀਸ ਆ ਚੁੱਕੇ ਆ, ਨਾਲ ਦੇਖੋ ਘੇਰੇ ਕਿੰਨੇ ਕਿੰਨੇ ਖੁੱਲੇ ਡੁੱਲੇ ਆ ਚੁੱਕੇ ਹੈਗੇ, 28-30 ਇੰਚ ਘੇਰੇ ਤੁਹਾਨੂੰ ਮੈਨੇ ਹੈਗੇ ਆ। ਇਹ 'ਚ ਆਰਟੀਕਲ ਹਰ ਤਰ੍ਹਾਂ ਦੇ ਹੈਗੇ, ਕਲਰ ਲਾਈਟ ਹੋਏ, ਕਲਰ ਡਾਰਕ ਵੀ ਹੈਗੇ ਆ, ਪਸੰਦ ਤੁਹਾਡੀ ਹੈਗੀ ਆ। ਸੋ ਆਹ ਵੀ ਤੁਸੀਂ ਚੈੱਕ ਕਰ ਲਓ, ਮਤਲਬ ਹਰ ਚੀਜ਼ ਵੱਖੋ ਵੱਖਰੀ। ਰੇਟ ਇਹਦਾ ਵੀ ਬਾਜ਼ਾਰ ਨਾਲੋਂ ਬਹੁਤ ਘੱਟ ਆ, ਬਾਜ਼ਾਰ 'ਤੇ ਇਹਦਾ 8,000-9,000 ਪਰ 2695 ਦੇ ਵਿੱਚ ਤੁਸੀਂ ਇੱਥੋਂ ਲੈ ਜਾਓ। ਜੇ ਤੁਹਾਨੂੰ ਕੋਈ ਵਿਆਹ ਸ਼ਾਦੀ ਆ ਗਿਆ, ਤੁਸੀਂ ਜਾਗੋ 'ਤੇ ਆਉਣਾ, ਜਾਗੋ ਵਾਲੇ ਤੁਸੀਂ ਸੂਟ ਚਾਹੀਦੇ, ਤੁਸੀਂ ਵੱਡਾ ਡਿਪੂ ਤੱਕ ਲੈ ਕੇ ਜਾ ਸਕਦੇ ਆ। ਆ ਦੇਖੋ ਜਿਹੜਾ 3,395 ਮਿਲਦਾ ਆਪਾਂ, 2,395 ਦੇਣਾ ਭਾਅ ਜੀ ਇਹ। ਨਾਲੇ ਫੁਲਕਾਰੀ ਦਾ ਟੇਸਟ ਹੈਗਾ, ਚਾਹੇ ਤੁਸੀਂ ਫੁਲਕਾਰੀ ਲੈਣੀ ਆ, ਫੁਲਕਾਰੀ ਸੂਟ ਲੈਣਾ, ਆਹ ਤੁਸੀਂ ਪਾ ਸਕਦੇ ਆ। ਆ ਦੇਖੋ ਨਾਲ ਕਿੰਨੀ ਕਿੰਨੀ ਸੋਹਣੀ ਚੁੰਨੀਆਂ ਆ ਚੁੱਕੀਆਂ, ਪੂਰੀ ਟੌਰ ਵਾਣੀ ਹੈਗੀ ਮਾਰਾ, 19 ਵਿਆਹ ਵਾਲੀ ਕੁੜੀ ਟੌਰ ਨਹੀਂ ਹੋਣੀ, ਜਿੰਨੀ ਤੁਹਾਡੀ ਟੌਰ ਹੋਣੀ ਆ ਸੂਟ ਪਾ ਕੇ ਇਹ। ਜੀ ਠੀਕ ਆ, ਇਹ 'ਚ ਕਲਰ ਤੁਹਾਨੂੰ ਵੱਖੋ ਵੱਖਰੇ ਮਿਲਣਗੇ, ਪਸੰਦ ਤੁਹਾਡੀ ਹੈਗੀ ਆ। ਤੇ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ, ਬਹੁਤ ਸੋਹਣਾ ਸੂਟ ਆ ਚੁੱਕਾ, ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ। ਬਾਕੀ ਤੁਹਾਡਾ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਪਤਾ ਕਰਾਊਡ ਇੱਥੇ ਜ਼ਿਆਦਾ ਹੁੰਦਾ ਹੈਗਾ, ਫਿਰ ਤੁਸੀਂ ਕਹਿੰਦੇ ਸਾਨੂੰ ਕਿਸੇ ਨੇ ਅਟੈਂਡ ਨਹੀਂ ਕੀਤਾ ਹੈਗਾ, ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਤੁਹਾਨੂੰ ਪਤਾ ਇੱਥੇ ਕਰਾਊਡ ਸਵੇਰੇ 7 ਵਜੇ ਸ਼ੁਰੂ ਹੋ ਜਾਂਦਾ ਵੱਡੀ। ਦੇਖੋ ਸਾਡੇ ਕੋਲ ਸੂਟ ਤਾਂ ਵੈਸੇ 350 ਸ਼ੁਰੂ ਆ, 500, 700, 800 ਜਿੱਦਾਂ ਦੀ ਵਰਾਇਟੀ, ਪਰ ਅੱਜ ਤੁਹਾਨੂੰ ਅਸੀਂ ਹੈਵੀ ਵਰਾਇਟੀ ਦਿਖਾਤੀ ਆ। ਮਤਲਬ ਹੈਵੀ ਵਰਾਇਟੀ ਦੇ ਵਿੱਚ ਵੀ ਇੱਕ ਇੱਕ ਸੂਟ ਤੇ 40-40, 50-50 ਰੁਪਏ ਮਾਰਜਨ ਤੇ, ਜਿਹੜੇ ਬਾਜ਼ਾਰ 'ਚ 2-2 ਹਜ਼ਾਰ, 4-4 ਹਜ਼ਾਰ, ਇੱਥੇ 50-50 ਰੁਪਏ। ਆਹ ਵੀ ਚੈੱਕ ਕਰ ਲਓ, ਕੋਈ 8,000 ਨਹੀਂ, ਕੋਈ 9,000 ਨਹੀਂ, ਕੋਈ 8,500 ਨਹੀਂ, 3,995 ਰੁਪਏ ਦੇ ਵਿੱਚ ਦੇ ਦੇਣਾ ਹੈਵੀ ਸੂਟ, ਹੈਵੀ ਦੁਪੱਟਾ ਹੈਗਾ। ਸੋ ਭਾਜੀ ਰੈਡੀਮੇਡ ਦੇ ਵਿੱਚ ਵੀ ਦਿਖਾਓ ਨਾ ਵੀ ਕਿੱਦਾਂ ਦੀਆਂ ਚੀਜ਼ਾਂ ਤੇ ਕਿੰਨਾ ਕੁ ਡਿਫਰੈਂਸ ਹੈਗਾ ਪ੍ਰਾਈਸ ਦਾ। ਭਾਜੀ ਦੇਖੋ ਰੈਡੀਮੇਡ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ, ਸ਼ਰਾਰੇ ਸੂਟ ਕਿੰਨਾ ਸੋਹਣਾ ਵਰਕ ਆ ਚੁੱਕਾ, ਪੂਰਾ ਹੈਵੀ ਦੇ ਵਿੱਚ ਗੋਟਾ ਪੱਤੀ ਦਾ ਕੰਮ ਕੀਤਾ, ਨਾਲ ਦੇਖੋ ਸ਼ਰਾਰਾ ਵੀ ਹੈਵੀ ਆ ਚੁੱਕਾ ਹੈਗਾ। ਇਹਦੇ ਫਰੰਟ ਦੇਖੋ ਸ਼ਰਟ ਦਾ, ਨਾਲ ਦੇਖੋ ਬੈਕ ਦੇਖੋ ਕਿੰਨੀ ਸੋਹਣੀ ਆ ਚੁੱਕੀ ਹੈਗੀ ਹੈ। ਭਾਜੀ ਆਪਾਂ ਜਿਹੜਾ ਸੀਤਾ ਸਰਾਇਆ ਦੇਣਾ ਹੈਗਾ, ਮਾਰਕੀਟ ਮਿਲਦਾ 5-6 ਹਜ਼ਾਰ ਦਾ, ਆਪਾਂ ਤੁਹਾਨੂੰ ਦੇਣਾ ਸਿਰਫ 4,500 ਰੁਪਏ ਵਿੱਚ ਭਾਜੀ। ਆਹ ਵੀ ਤੁਸੀਂ ਚੈੱਕ ਕਰ ਲਓ, 18-18 ਹਜ਼ਾਰ, 20-20 ਹਜ਼ਾਰ, 22-22 ਹਜ਼ਾਰ ਬਾਜ਼ਾਰ ਦੇ ਵਿੱਚ ਨਾ, ਤੁਸੀਂ ਆਹ ਵਰਕ ਚੈੱਕ ਕਰ ਲਓ। ਪਰ ਇੱਥੇ ਜਦੋਂ ਤੁਸੀਂ ਆਉਂਦੇ ਹੋ, ਇੱਥੇ ਕੋਈ 18 ਨਹੀਂ, ਕੋਈ 20 ਨਹੀਂ, 5-5 ਹਜ਼ਾਰ, 6-6 ਹਜ਼ਾਰ, 7-7 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ ਇੱਦਾਂ ਦੇ ਮਿਲ ਜਾਣੇ ਹੈਗੇ ਸ਼ਰਾਰੇ ਸੂਟ। ਇਹਦੇ ਵਿੱਚ ਤੁਹਾਨੂੰ ਕਲਰ ਕੁਲਰ ਕਾਫੀ ਮਿਲ ਜਾਣੇ ਆ। ਜੇ ਤੁਸੀਂ ਮੈਚਿੰਗ ਪਸੰਦ ਕਰਦੇ, ਮੈਚਿੰਗ ਵੀ ਲੈ ਕੇ ਜਾ ਸਕਦੇ, ਦੇਖੋ ਸ਼ਰਾਰੇ ਦੇ ਵਰਕ ਕੀਤਾ ਹੈਗਾ ਆ। ਕਿੰਨਾ ਸੋਹਣਾ ਦੇਖੋ ਕੰਬੀਨੇਸ਼ਨ ਆ ਚੁੱਕਿਆ ਹੈਗਾ ਵਾਈਨ ਦੇ ਨਾਲ, ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ, ਫਰੰਟ ਦੇਖੋ ਤੇ ਨਾਲ ਦੇਖੋ ਬੈਕ ਦੇਖੋ। ਇਹ ਵੀ ਆਪਾਂ ਜਿਹੜਾ ਸੀਤਾ ਸਿਲਾਇਆ ਸਿਰਫ 2,800 ਦਾ ਆਪਣਾ, ਜੀ 1,000 ਰੁਪਏ ਸਟਿਚਿੰਗ ਲੈ ਲੈਂਦੇ ਆ, ਰੈਂਟੇ ਲਈ ਜਾਂਦੇ ਹੈਗੇ ਆ, ਆਪਾਂ ਤੁਹਾਨੂੰ ਸੀਤਾ ਸਿਲਾਇਆ 2,800 ਦੇਣਾ ਜੀ ਇਹ। ਆ ਲਓ ਜੀ, ਤੁਸੀਂ ਲੈਣੀਆਂ ਲੌਂਗ ਡਰੈਸਾਂ ਜਿਹਨੂੰ ਆਪਾਂ ਗਾਊਨ ਕਹਿੰਦੇ ਆ ਨਾ, ਇਹਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ, ਬਹੁਤ ਸਾਰੀ ਵੈਰਾਈਟੀ। ਵੈਸੇ ਸਾਡੇ ਕੋਲ 1,300 ਤੋਂ ਸ਼ਰਾਰਾ ਸੂਟ, 1,300 ਤੋਂ ਲਹਿੰਗਾ, 1,300 ਤੋਂ ਡਰੈਸ ਸ਼ੁਰੂ ਹੋ ਜਾਂਦੀ ਆ। ਉਦੋਂ ਉੱਪਰਲੀ ਵੈਰਾਈਟੀ ਤੁਸੀਂ ਜਿੱਦਾਂ ਦੀ ਲੈਣੀ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੀ ਹੈਗੀ ਆ। ਕਿੰਨੀ ਸੋਹਣੀ ਡਰੈਸ ਆ ਚੁੱਕੀ, ਕਿੰਨੀ ਹੈਵੀ ਦੇ ਵਿੱਚ ਆ ਚੁੱਕੀ, ਫਰੰਟ ਦੇਖੋ ਤੇ ਨਾਲ ਦੇਖੋ ਬੈਕ ਦੇਖੋ ਕਿੰਨਾ ਸੋਹਣਾ ਆ ਚੁੱਕਾ ਹੈਗਾ। ਜਿਹੜਾ ਮਾਰਕੀਟ ਮਿਲਦਾ ਹੈਗਾ 10,000, 15,000, 20,000, 25,000 ਦਾ, ਆਪਾਂ ਤੁਹਾਨੂੰ ਦੱਸਦੇ 9,500, 9,500 ਰੁਪਏ ਵਿੱਚ। ਲਓ ਜੀ, ਲਹਿੰਗਾ ਚੋਲੀ ਵੀ ਆ ਗਈ ਆ, ਮਤਲਬ ਜਿੱਦਾਂ ਦੀ ਤੁਹਾਡੀ ਚੁਆਇਸ ਟੇਸਟ ਉਦਾਂ ਦੇ ਡਿਜ਼ਾਈਨ। ਬਾਜ਼ਾਰ 'ਚ 15,000, ਵੱਡਾ ਡਿਪੂ ਰੇਟ ਹੈਗਾ ਸਿਰਫ 4,000। ਤਾਂ ਹੀ ਕਹਿੰਦੇ ਭਾਈ ਇੱਥੇ ਆ ਜਾਓ, ਪੈਸੇ ਵੀ ਬਚਣੇ ਆ, ਡਿਜ਼ਾਈਨ ਵੀ ਸੋਹਣੇ ਦੇਣੇ ਆ, ਤੇ ਕੱਪੜਾ ਵੀ 100% ਆ ਹੈ ਨਾ, ਟੌਪ ਟੌਪ ਦੀਆਂ ਚੀਜ਼ਾਂ 4-4 ਹਜ਼ਾਰ ਦੇਵਾਂਗੇ। ਆ ਦੇਖੋ ਰੋਇਲ ਚੀਜ਼ਾਂ ਆ ਚੁੱਕੀਆਂ ਤੁਹਾਡੇ ਵਾਸਤੇ, ਕਿੰਨੇ ਕਿੰਨੇ ਸੋਹਣੇ ਹੈਵੀ ਵਰਕ ਆ ਚੁੱਕੇ ਹੈਗੇ ਆ। ਫਰੰਟ ਦੇਖੋ, ਨਾਲ ਦੇਖੋ ਬੈਕ ਦੇਖੋ, ਮੈਂ ਰਾਣੀਆਂ ਮਹਾਰਾਣੀਆਂ ਤੁਹਾਨੂੰ ਆਪਾਂ ਡਰੈਸਾਂ ਦੇਣੀਆਂ ਹੈਗੀਆਂ, ਜਿਹੜਾ 25-25 ਹਜ਼ਾਰ ਮੰਗਦੇ ਆ, 30-30 ਹਜ਼ਾਰ ਆਪਾਂ ਤੁਹਾਨੂੰ ਦੇਣੇ ਸਿਰਫ 12,000 ਤੇ 500 ਰੁਪਏ ਵਿੱਚ। ਨਾਲ ਦੇਖੋ ਵਾਜੂ ਕਿੰਨੀ ਕਿੰਨੀ ਟੌਰੀ ਲੱਗੀਆਂ ਹੈਗੀਆਂ, ਸਿਰਫ 12,000 ਤੇ 500 ਚ। ਆਹ ਵੀ ਦੇਖੋ ਜੀ, ਉਦੋਂ ਉੱਪਰਲੀ ਰੇਂਜ ਵੀ ਦੇ ਲਓ, ਹੈਵੀ ਡਿਜ਼ਾਈਨ ਸਾਰਾ ਫਰੰਟ ਤੁਸੀਂ ਚੈੱਕ ਕਰ ਲਓ। ਚੰਡੀਗੜ੍ਹ ਮੋਹਾਲੀ ਤੁਸੀਂ ਜਾਂਦੇ ਹੋ, ਇਹ ਚੀਜ਼ਾਂ 35-35 ਹਜ਼ਾਰ, 40-40 ਹਜ਼ਾਰ ਰੁਪਏ ਦੇ ਵਿੱਚ। ਪਰ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਇੱਥੇ ਦਾ ਬਸ ਫਾਇਦਾ ਹੀ ਫਾਇਦਾ ਹੈ ਨਾ, ਫਰੰਟ ਬੈਕ ਦੋਨੇ ਹੈਵੀ ਚੀਜ਼ਾਂ, ਡਿਜ਼ਾਈਨਰ ਪੀਸ ਹੈਗੇ ਆ। ਆਹ ਦੇਖੋ ਕਿੰਨੇ ਕਿੰਨੇ ਸੋਹਣੇ ਆ ਗਏ ਲਹਿੰਗੇ, ਪਰ ਹੈ ਨਹੀਂ ਬਹੁਤੇ ਮਹਿੰਗੇ। ਦੇਖੋ ਕਿੰਨਾ ਸੋਹਣਾ ਫਰੰਟ ਆ ਚੁੱਕਿਆ ਹੈਗਾ ਆ, ਤੇ ਨਾਲ ਦੇਖੋ ਬੈਕ ਕਿੰਨੀ ਹੈਵੀ ਆ ਚੁੱਕੀ ਹੈਗੀ ਆ। ਨਾਲ ਦੇਖੋ ਭਾਈ ਤੁਹਾਡੇ ਟੌਪ ਲਗਾ ਤੁਹਾਡੇ ਹੱਥ ਦੇ ਟੌਪ। ਆਹ ਦੇਖੋ ਬਹੁਤ ਸੋਹਣਾ ਡਿਜ਼ਾਈਨਰ ਪੀਸ ਹੈਗਾ, ਇਦਾਂ ਦੇ ਸਾਨੂੰ ਤੁਸੀਂ ਜਦੋਂ ਇੱਥੇ ਆਉਣਾ ਹੋਰ ਬਹੁਤ ਸਾਰੇ ਡਿਜ਼ਾਈਨ, ਬਹੁਤ ਸਾਰੀਆਂ ਵੈਰਾਈਟੀਆਂ ਮਿਲ ਜਾਣੀਆਂ। ਸੋ ਲਓ ਜੀ, ਆਹ ਵੀ ਤੁਸੀਂ ਇੱਕ ਰੰਗ ਚੈੱਕ ਕਰ ਲਓ ਨਾ, ਲਹਿੰਗੇ ਦੇ ਨਾਲ ਤੁਸੀਂ ਲਹਿੰਗਾ ਚੋਲੀ ਤਾਂ ਦੇਖ ਲਈ, ਲਹਿੰਗੇ ਦੇ ਨਾਲ ਆ ਸ਼ਰਟ ਤੇ ਤੁਸੀਂ ਚੈੱਕ ਕਰ ਲਓ ਨਾ, ਇਦਾਂ ਦੇ ਡਿਜ਼ਾਈਨਰ ਪੀਸ ਨੂੰ ਆਪਾਂ ਦੇ ਦਿੰਦੇ ਆ। ਰੇਟ ਬਾਜ਼ਾਰ 'ਚ 12,000, ਸਾਡੇ ਕੋਲ ਲੈ ਜਾਓ ਸਿਰਫ 3,000 ਰੁਪਏ 'ਚ। ਆਹ ਦੇਖੋ ਭਾਜੀ, ਮਾਰੇ ਕਿੰਨੀ ਸੋਹਣੀ ਜਨਤ ਹੈ, ਜਨਤ ਦੇਖੋ ਡਰੈਸ ਕਿੰਨੀ ਪਿਆਰੀ ਹੈਗੀ ਹੈ, ਕਿੰਨਾ ਸੋਹਣਾ ਵਰਕ ਕੀਤਾ ਹੈਗਾ ਤੇ ਪੂਰਾ ਹੈਵੀ ਦੇ ਵਿੱਚ ਹੈਗਾ, ਤੇ ਨਾਲ ਦੇਖੋ ਬੈਗ ਵੀ ਕਿੰਨੀ ਹੈਵੀ ਆ ਚੁੱਕੀ ਹੈਗੀ ਆ। ਆਪਾਂ ਤੁਹਾਨੂੰ ਦੇਣਾ ਹੈਗਾ ਇਹ ਸਿਰਫ
ਰੈਂਟ ਤੇ ਦੇਣਾ ਆਪਣਾ 16,000 ਤੇ 500 ਦੇ ਲੈ ਕੇ ਜਾ ਸਕਦੇ ਆ। ਨਾ ਦੇਖੋ ਵਾਜੂ ਕਿੰਨੀ ਕਿੰਨੀ ਸੋਹਣੀ ਲੱਗੀਆਂ ਹੈਗੀਆਂ ਆ। ਆਹ ਫਰੰਟ ਚੈੱਕ ਕਰ ਲਓ ਤੁਸੀਂ, ਆਹ ਤੁਸੀਂ ਕਰ ਲਓ ਬੈਕ ਚੈੱਕ, ਤੇ ਹੁਣ ਇਹਦਾ ਪ੍ਰਾਈਸ ਤੁਸੀਂ ਚੈੱਕ ਕਰ ਲਓ। 6,500 ਰੁਪਇਆ ਨਹੀਂ ਲੈਣਾ ਆ, ਅਸੀਂ ਤੁਹਾਨੂੰ ਦੇਵਾਂਗੇ ਸਿਰਫ 2,500 ਚ। 2,500 ਦੇ ਵਿੱਚ ਇੱਦਾਂ ਦੇ ਡਿਜ਼ਾਈਨਰਾਂ ਦੇਖੋ, ਸ਼ਰਾਰੇ 'ਤੇ ਵੀ ਕਿੰਨਾ ਹੈਵੀ ਕੰਮ ਹੋਇਆ ਆ। ਤੁਸੀਂ 2,500 ਦੇ, ਅਸੀਂ 1,300 ਦੇਣਾ। ਦੇਖੋ ਤਾਂ ਕਿੰਨਾ ਸੋਹਣਾ ਆ ਚੁੱਕਾ ਹੈਗਾ ਸ਼ਰਾਰਾ ਸੂਟ, ਦੇਖੋ ਕਿੰਨੇ ਕਿੰਨੇ ਹੈਵੀ ਵਰਕ ਇੱਥੇ ਹੈਗੇ ਆ। ਇਹ 1,300 ਦੇਣਾ, 1,300 ਚ ਭਾਜੀ। ਜਦੋਂ ਤੁਸੀਂ ਬਾਜ਼ਾਰ 'ਚ ਜਾਂਦੇ ਆ, 2,000 ਰੁਪਏ ਦੀ ਸਟਿਚਿੰਗ ਹੈਗੀ ਆ, 2,500-2,500 ਰੈਂਟ ਹੈਗਾ, ਪਰ ਤੁਸੀਂ ਸਾਡੇ ਕੋਲ ਆਓ ਸਿਰਫ 1,300 ਦੇ ਵਿੱਚ ਸ਼ਰਾਰਾ ਸੂਟ ਰੈਡੀਮੇਡ ਸਟਿਚ ਕੀਤਾ ਲੈ ਕੇ ਜਾਓ। ਸੋ ਤੁਸੀਂ ਹੁਣ ਛੇਤੀ ਇੱਥੇ ਪਹੁੰਚ ਜਾਓ। ਜੇ ਤੁਸੀਂ ਔਨਲਾਈਨ ਸ਼ੋਪਿੰਗ ਕਰਨੀ ਆ, ਸਾਡੇ ਪੇਜ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰ ਲਓ, ਜਿੱਥੇ ਤੁਹਾਨੂੰ ਰੋਜ਼ ਨਵੀਂ ਵਰਾਇਟੀ ਮਿਲਣੀ ਆ। ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਆ, ਸਾਡਾ ਨੰਬਰ ਸਕਰੀਨ 'ਤੇ, ਤੁਸੀਂ ਇੱਥੇ ਫੋਨ ਕਰ ਸਕਦੇ ਆ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ, ਸਾਂ ਟੀ ਵੀ, ਬੰਗਾ।